ਐਡਵੋਕੇਟ ਪ੍ਰਦੀਪ ਸਿੰਘ ਦੀ ਛਾੜ ਲਓ। ਪਹਿਲੀ ਰੇਡ ਰਾਏਸਰ ਦੀ ਟੀਮ ਵੱਲੋਂ ਪੈ ਗਈ। ਰੀਟਾ ਸੂਸ਼ਕ ਵਾਲਾ ਪਹਿਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧ ਚੁੱਕਾ ਹੈ ਔਰ ਪਹਿਲਾ ਟੱਚ ਛੰਨਾ ਵਾਲੇ ਅਮਰਤ ਨੂੰ ਹੋਇਆ ਤੇ ਪਹਿਲਾ ਪੁਆਇੰਟ ਰਾਏਸਰ ਦੇ ਮਾਲਵਾ ਕਬੱਡੀ ਕਲੱਬ ਲਈ ਹੋ ਗਿਆ। ਅਗਲੀ ਰੇਡ ਰੁਪਿੰਦਰ ਢੰਡੋਲੀ ਵਾਲਾ ਕਾਲਾ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਰਮੇਸ਼ ਸਿੰਘ ਕਾਲਾ ਢੰਡੋਲੀ ਵਾਲਾ ਮੇਰੇ ਵੀਰੋ ਰਮੇਸ਼ ਕਾਲਾ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਢੰਡੋਲੀ ਵਾਲਾ। ਫਾਈਨਲ ਤੋਂ ਬਾਅਦ ਪਿਆਰ ਦੇ ਨਾਲ ਟਿਕਾ ਦੇ ਨਾਲ ਆਪਾਂ ਸਿੱਪੀ ਗੱਲ ਸੁਣਨਾ। ਆਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਪਿਆਰ ਸਤਿਕਾਰ ਦੇ ਨਾਲ ਪ੍ਰੋਗਰਾਮ ਕੋਈ ਵੀ ਮੇਰਾ ਮੇਰੇ ਵੀਰ ਖਰਾਬ ਨਾ ਕਰੇ। ਲਓ ਕਾਲਾ ਪੁਆਇੰਟ ਲੈ ਕੇ ਵਾਪਸ ਗਿਆ। ਚਲੋ ਰੀਤਿਆ ਸ਼ੂਸ਼ਕ ਦਰਸ਼ਨ ਸਿੰਘ ਜੀ ਸੇਖੋ ਸਰਪੰਚ ਸਾਹਿਬ ਵੱਲੋਂ ਲੱਖੇ ਦਾ ਜਫਾ 500 ਦਾ ਹੋਵੇਗਾ। ਲਓ ਸਾਹਮਣੇ ਕੱਲੀ ਟੱਕਰੇ ਤੇ ਹਾਲ ਸੁਣਾਵਾਂ ਨੀ ਸਾਡੇ ਉੱਤੇ ਕੀ ਗੁਜ਼ਰੀ। ਕੱਲੇ ਨੂੰ ਕੱਲੇ ਦੀ ਖੇਡ ਹੈ ਤੇ ਨੰਬਰ ਕਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ। ਤੂਫਾਨ ਕਬੱਡੀ ਪਾਉਣ ਦੇ ਲਈ ਕਲੱਬ ਵੱਲੋਂ ਰਾਜੂ ਦਿੜਵੇ ਦਾ ਜਿਹਨੇ ਕਹਿੰਦੇ ਸਾਰੇ ਫਲੈਕਸ ਬੋਰਡ ਬਣਾਏ ਹੈ ਮੇਰੇ ਵੀਰੋ ਉਹਦਾ 11,000 ਦੀ ਨਗਦ ਰਾਸ਼ੀ ਦੇ ਨਾਲ ਵਿਸ਼ੇਸ਼ ਤੌਰ ਤੇ ਗੱਗੀ ਕਹਿੰਦਾ ਵੀ ਮਾਨ ਸਨਮਾਨ ਹੋਵੇਗਾ। ਰਾਜੂ ਦਿੜਵੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵੱਡੇ ਫਲੈਕਸ ਬੋਰਡ। ਆਓ ਸਾਹਮਣੇ ਇਸ ਵੇਲੇ ਪ੍ਰਦੀਪ ਸਿੰਘ ਤੂਫਾਨ ਜੇ ਜੱਗੂ ਨਾਲ ਮੁਕਾਬਲਾ ਹੋ ਜਾਏ ਤੇ ਗੱਲ ਵੱਖਰੀ। ਆ ਜੱਫਾ ਲੱਗ ਗਿਆ ਤੇ 1,000 ਰੁਪਇਆ ਸਰੀਓ ਸੁਖਦੀਪ ਰਾਏ ਸਰੀਆ ਜੱਫਾ ਲਾ ਰਿਹਾ ਹੈ। ਇਹ ਸੁੱਖਾਂ ਦਾ ਦੀਪ ਸੁਖਦੀਪ ਸਿੰਘ ਰਾਏ ਸਰੀਆ 500 ਰੁਪਇਆ ਗੱਗੀ ਤੇ ਯਾਦਵਿੰਦਰ ਯਾਦੀ ਵੱਲੋਂ ਆ ਜਾਫੀ ਦੇ ਲਈ ਹੈ ਤੇ ਰਵਿੰਦਰ ਢੰਡੋਲੀ ਵੱਲੋਂ 1,000 ਰੁਪਇਆ ਜੱਗੀ ਰਾਮੂ ਵਾਲਾ ਤੇ ਹੈਪੀ ਰਾਏਸਰ ਵੱਲੋਂ ਮੇਰੇ ਵੀਰੋ ਆ ਜਾਫੀ ਦੇ ਲਈ ਵੱਡੇ ਮਾਨ ਸਨਮਾਨ ਆਏ ਹੈ। ਉਧਰ ਇੰਗਲੈਂਡ ਦੇ ਵਿੱਚ ਦੋ ਫੈਡਰੇਸ਼ਨ ਰਾਜੂ ਸੂਲਰ ਤੇ ਅਰਸ਼ ਢੰਡੋਲੀ ਵੱਲੋਂ ਕਹਿੰਦੇ ਕਾਜੂ ਦਾ ਜਫਾ 500 ਰੁਪਏ ਦਾ ਹੋਵੇਗਾ। 500 ਰੁਪਏ ਦਾ ਕਾਜੂ ਦਾ ਜਫਾ ਰਾਜੂ ਤੇ ਅਰਸ਼ ਵੱਲੋਂ ਹੋਵੇਗਾ। ਲਓ ਸਾਹਮਣੇ ਗੁਰਦੀਪ ਰਾਏ ਸਰੀਆ ਕੁਲਵਿੰਦਰ ਦਿੜਵਾ ਪ੍ਰਦੀਪ ਐਡਵੋਕੇਟ ਲਾਲ ਨੰਬਰਦਾਰ ਤੇ ਰਿੰਟੂ ਚੱਠੇ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਸਾਰੇ ਭਰਾਵਾਂ ਦਾ। ਚੱਠਾ ਨਲਹੇੜਾ ਪਿੰਡ ਨਾਲ ਹੈ ਕਹਿੰਦੇ ਸਾਡੇ ਭਿੰਦਰ ਚੱਠੇ ਦਾ ਪਿੰਡ ਹੈ। ਆਓ ਸਾਹਮਣੇ ਵੇਖਣਾ ਵੀ ਇੱਕ ਪਾਸੇ ਅਮਰਤ ਫਤਿਹਗੜ੍ਹ ਛੰਨਾ ਦੂਜੇ ਪਾਸੇ ਗੁਰਦੀਪ ਰਾਏ ਸਰੀਆ ਛੰਨਾ ਵਾਲਾ ਅਮਰਤਪਾਲ ਸਿੰਘ ਯਾਦਵਿੰਦਰ ਯਾਦੀ ਵੱਲੋਂ ਵੱਡੇ ਮਾਣ ਦਿੱਤੇ ਜਾ ਰਹੇ ਨੇ। ਯਾਰ ਕਹਿੰਦੇ ਨੌਜਵਾਨ ਅੰਮ੍ਰਿਤਪਾਲ 500 ਗੱਗੀ ਰਵਿੰਦਰ ਤੇ ਯਾਦੀ ਢੰਡੋਲੀ ਵੱਲੋਂ ਮੇਰੇ ਵੀਰੋ ਮਾਨ ਸਨਮਾਨ ਆਏ ਹੈ। 37 ਜੱਫਾ ਲਾਵੇਗਾ ਕਹਿੰਦੇ ਕੁਲਵਿੰਦਰ ਵੱਲੋਂ ਵੱਡੇ ਮਾਨ ਸਨਮਾਨ ਹੋਣਗੇ। ਕਾਲਾ ਢੰਡੋਲੀ ਵਾਲਾ ਕਬੱਡੀ ਪਾ ਰਿਹਾ ਹੈ ਕਾਲਾ ਢੰਡੋਲੀ ਵਾਲਾ ਕਬੱਡੀ ਪਾ ਰਿਹਾ ਹੈ ਔਰ ਸਾਹਮਣੇ ਆਪਾਂ ਵੇਖਦੇ ਹਾਂ ਵੀ ਰਾਏਸਰ ਦੀ ਟੀਮ ਦੇ 4 ਜਾਫੀ ਦੇ ਪੁਆਇੰਟ ਧਾਵੀ ਦਾ ਕਾਜੂ ਦੇ ਇੱਕ ਜੱਫੇ ਤੇ 1,000 ਰੁਪਇਆ ਦਿੱਤਾ ਜਾਵੇਗਾ। ਸਰਦਾਰ ਸਤਵੀਰ ਸਿੰਘ ਜੀ ਜੇਜੀ ਮੁੱਖ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਵੱਲੋਂ 1,000 ਕਾਜੂ ਦੇ ਜੱਫੇ ਦਾ ਔਰ ਸਾਡੇ ਸਤਵੀਰ ਜੇਜੀ ਜੀ ਆਓ ਸਾਹਮਣੇ ਵੇਖੋ ਵੀ ਰਣੀਕਾ ਵਾਲਾ ਇਹ ਕਾਜੂ ਹੈ ਰਣੀਕਾ ਵਾਲਾ 1,000 ਫੜਾ ਦਿਓ ਉਧਰਲੇ ਪਾਸੇ ਫੜਾ ਦਿਓ ਵੀਰ ਜੀ 1,000 ਸਤਵੀਰ ਸਿੰਘ ਜੀ ਜੇਜੀ ਵੱਲੋਂ ਕੁਲਵਿੰਦਰ ਦਿੜਵੇ ਵੱਲੋਂ 37 ਦਾ ਇੱਕ ਜੱਫਾ 500 ਦਾ ਹੋਣਾ। ਹਰਜੀਤ ਪ੍ਰਧਾਨ ਢੰਡੋਲੀ ਵਾਲਾ ਆਪਣੇ ਸਮੇਂ ਦਾ ਚੋਟੀ ਦਾ ਖਿਡਾਰੀ ਕਹਿੰਦਾ ਜਿੰਨੇ ਜੱਫੇ ਲਾਉਣਗੇ ਢੰਡੋਲੀ ਵਾਲੇ ਇੱਕ ਜੱਫੇ ਤੇ 500 ਦਾ ਸਾਰੇ ਪਲੇਅਰ ਸਾਰਿਆਂ ਦੇ ਲਈ ਕਹਿੰਦਾ ਸਾਰਿਆਂ ਨੂੰ ਜੀ ਆਇਆਂ ਆਖਦਾ ਸਾਰੇ ਪਲੇਅਰਾਂ ਦੇ ਲਈ 500 ਦੇ ਮਾਨ ਸਨਮਾਨ ਹੋਣਗੇ। ਹਰਜੀਤ ਪ੍ਰਧਾਨ ਵੱਲੋਂ ਜਿੰਨੇ ਜੱਫੇ ਲੱਗਣਗੇ ਫਾਈਨਲ ਦੇ ਵਿੱਚ ਸਤਵੀਰ ਸਿੰਘ ਜੀ ਜੇਜੀ ਵੱਲੋਂ 1,000 ਕਾਜੂ ਨੂੰ ਦਿੱਤਾ ਗਿਆ ਕੌਮੀ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ। ਉੱਧਰ ਹਰਪਾਲ ਸਿੰਘ ਜੀ ਖੜਿਆਲ ਨੇ ਜਿਨ੍ਹਾਂ ਨੇ ਇੱਕ ਮੋਟਰਸਾਈਕਲ ਦੇਣਾ ਬੈਸਟ ਖਿਡਾਰੀ ਦੇ ਵਾਸਤੇ। ਲਓ ਸਾਹਮਣੇ ਰੀਟਾ ਸੂਸ਼ਕ ਵਾਲਾ ਕਬੱਡੀ ਪਾ ਰਿਹਾ ਨੌਜਵਾਨ ਦੁਨੀਆਂ ਦਾ ਮੰਨਿਆ ਪ੍ਰਮੰਨਿਆ ਖਿਡਾਰੀ ਚੜ੍ਹਦੀ ਵਰੇਸ ਦੇ ਵਿੱਚ ਗੱਲਾਂ ਹੁੰਦੀਆਂ ਕਦੇ ਕਹਿੰਦੇ ਭਾਈ ਰੂਪੇ ਦੇ ਟੀਮ ਦੇ ਲਈ ਖੇਡਦਾ ਮੋਟਰਸਾਈਕਲ ਜਿੱਤਿਆ ਕਦੇ ਜਿੱਤਿਆ ਔਰ ਸਾਹਮਣੇ ਕਾਜੂ ਰਣੀਕਾ ਵਾਲਾ ਅੰਗਰੇਜ਼ ਸਿੰਘ ਕਾਜੂ ਅੰਗਰੇਜ਼ ਸਿੰਘ ਕਾਜੂ ਦੇ ਪੁਆਇੰਟ ਰੇਡਰ ਦੇ ਵਾਸਤੇ ਜੁੜ ਗਿਆ ਪੁਆਇੰਟ ਜਿਹੜਾ ਕਹਿੰਦੇ ਰਾਏਸਰ ਦੇ ਲਈ ਲੈ ਵੀ ਰੁਪਿੰਦਰ ਤੂਫਾਨ ਆ ਗਿਆ ਤੂਫਾਨ ਆ ਗਿਆ ਪਰ ਗਰਾਊਂਡ ਕਲੀਅਰ ਕਰ ਦਿਓ ਤੂਫਾਨ ਕਿਤੇ ਇੱਧਰ ਨੂੰ ਨਾ ਆ ਜਾਏ। ਆਓ ਸਾਹਮਣੇ ਕਬੱਡੀ 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 ਤੂਫਾਨ ਤੂਫਾਨ ਤੇ ਜੱਗੂ ਜੱਗੂ ਤੇ ਤੂਫਾਨ ਜੱਗੂ ਤੇ ਤੂਫਾਨ ਹੱਕ ਮਾਰੀਆ ਐਨ ਮਾਰਦਾ ਧੱਕੇ ਪਰ ਤੂਫਾਨ ਡੱਕਣੇ ਔਖੇ ਬੜੇ ਹੁੰਦੇ ਨੇ ਤੂਫਾਨ ਡੱਕਣੇ ਗੋਲੂ ਮਾਮਾ
ਮਟੂ ਦੜਵਾ ਤੇ ਗੋਲੂ ਮਾਮਾ 11,000 ਹੋ ਗਿਆ ਸੱਤੀ ਨੇ ਤਿੰਨ ਜਫਿਆਂ ਦਾ 11,000 ਦਰਸ਼ਨ ਸਰਪੰਚ ਬੋਲੇ 1,000 ਸੁੱਖਾ ਜਿਉਣ ਵਾਲੇ ਦਾ ਕਬੱਡੀ ਪਾ ਰਿਹਾ ਸੁੱਖਾ ਜਿਉਣ ਵਾਲੇ ਦਾ ਪੁਆਇੰਟ ਦਾ ਵਾਧਾ ਕਰਦਾ ਹੋਇਆ ਗੁਰੀ ਢੰਡੋਲੀ ਅਰਸ਼ ਤੇ ਰਾਜਵੀਰ ਕਹਿੰਦੇ ਸੁੰਦਰ ਵੱਲੋਂ 5 ਫਰਵਰੀ ਸਨੀ ਸਰਪੰਚ ਕਹਿੰਦੇ ਫੁੱਲਾਂ ਵਾਲੀਆਂ ਪੁੱਜਿਆ ਹੋਇਆ ਹੈ ਨਾਲ ਜੋਧਾ ਵਾਲਾ ਤਰਨ ਹੈ ਯਾਰੀ ਸਿੱਪੀ ਗਿੱਲ ਦੇ ਨਾਲ ਵੀ ਹੈ ਯਾਰੀ ਕਹਿੰਦੇ ਭਰਾਵਾਂ ਵਰਗੀ ਹੈ ਮੇਰੇ ਵੀਰੋ 5 ਫਰਵਰੀ ਨੂੰ ਵੱਡਾ ਕਬੱਡੀ ਕੱਪ ਹੋਵੇਗਾ ਮੇਰੇ ਵੀਰੋ ਫੁੱਲਾਂ ਵਾਲ ਦੀ ਧਰਤੀ ਸਨੀ ਸਰਪੰਚ ਤੇ ਨਾਲ ਤਰਨ ਯੋਧਾ ਵੱਲੋਂ ਸੱਦੇ ਦਿੱਤੇ ਜਾ ਰਹੇ ਹੈ ਸਾਰੇ ਭਰਾਵਾਂ ਵੱਲੋਂ ਦਵਿੰਦਰ ਸਰਪੰਚ ਮਲੇਰਕੋਟਲੇ ਵਾਲਾ ਪੁੱਜਿਆ ਹੋਇਆ ਜੀਆਂ ਨੂੰ ਆਖਦੇ ਹੈ ਆਓ ਸਾਹਮਣੇ ਕਬੱਡੀ ਜੇ ਸੱਤੀ ਜਫਾ ਤੇ ਕੁਲਵਿੰਦਰ ਵੱਲੋਂ ਵੱਡੇ ਮਾਇਸ ਰੁਪਿੰਦਰ ਉਧਰ ਵੱਡੇ ਐਲਾਨ ਹੋ ਗਏ ਨੇ ਸਤਵੀਰ ਸਿੰਘ ਜੀ ਜੇਜੀ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਕਾਜੂ ਦੇ 3 ਜਫੇ 2,000 ਰੁਪਏ ਦੇ ਹੋਣਗੇ ਸਤਵੀਰ ਸਿੰਘ ਜੀ 3 ਜਫੇ 2,000 ਦੇ ਹੋਣਗੇ ਸਤਵੀਰ ਸਿੰਘ ਜੀ ਜੇਜੀ ਵੱਲੋਂ ਕਾਜੂ ਦੇ 3 ਜਫੇ 2,000 ਦੇ ਹੋਣਗੇ ਐਡਵੋਕੇਟ ਪ੍ਰਦੀਪ ਸਿੰਘ ਜੀ ਸ਼ਾਹੜ ਔਰ ਸਾਡੇ ਅਮਰੀਕ ਸਿੰਘ ਜੀ ਸ਼ਾਜਰੀ ਸਰਦਾਰ ਪੈਲਸ ਵਾਲੇ ਔਰ ਰਿੰਕੂ ਜੀ ਉਹ ਵੀ ਵਜਾਉਣ ਦਾ ਕੋਈ ਫਾਇਦਾ ਹੁੰਦਾ ਜਸਵੀਰ ਸਿੰਘ ਜੀ ਸ਼ਾਜਰੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਲਓ ਸਾਹਮਣੇ ਕਬੱਡੀ ਪੈ ਗਈ ਹੈ ਕਾਲਾ ਢੰਡੋਲੀ ਵਾਲਾ ਸਰਪੰਚ ਦਰਸ਼ਨ ਸਿੰਘ ਜੀ ਕਹਿੰਦੇ ਕਾਜੂ ਜਿੰਨੇ ਜੱਫੇ ਲਾਵੇਗਾ ਹਰ ਜੱਫੇ ਦੇ 500 ਦੇ ਮਾਨ ਸਨਮਾਨ ਹੋਣਗੇ ਦਰਸ਼ਨ ਸਿੰਘ ਜੀ ਸੇਖੋਂ 75,000 ਦੇ ਰਹੇ ਨੇ ਸੈਕਿੰਡ ਪ੍ਰਾਈਜ਼ ਬਹੁਤ ਬਹੁਤ ਧੰਨਵਾਦ ਹਰੀਤਾ ਸਤਪਾਲ ਜੀ ਮੈਨੂੰ ਲੱਗਦਾ ਫੋਟੋ ਹੀ ਇਧਰੋਂ ਚਲਾਉਣਾ ਪੈਣਾ ਇੰਨੀ ਕੁ ਹਾਜ਼ਰੀ ਰੁਪਿੰਦਰ ਜਲਾਲ ਦੀ ਕਬੂਲ ਕਰਿਓ ਇਧਰੋਂ ਚਲਾ ਦਿਓ ਜੀ ਬਹੁਤ ਪ੍ਰਧਾਨ ਹਰਜੀਤ ਸਿੰਘ ਜੀ ਕਹਿੰਦੇ ਹਰ ਜੱਫਾ ਦੋਨੋਂ ਪਾਸੇ 500 ਦਾ ਹੋਵੇਗਾ ਲਓ ਸਾਹਮਣੇ ਕਬੱਡੀ ਪੈ ਗਈ ਹੈ ਸੂਸ਼ਕ ਵਾਲੇ ਰੀਟੇ ਦੀ ਜੀਰੇ ਦੇ ਲਾਗੇ ਇਹ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਤੋਂ ਆਇਆ ਹੈ ਕਿ ਰਾਜਗੁਰੂ ਸੁਖਦੇਵ ਸਰਾਭੇ ਉੱਦਮ ਦਾ ਕੀ ਕਹਿਣਾ ਭਗਤ ਸਿੰਘ ਨੇ ਸਦਾ ਹੀ ਕਹਿੰਦੇ 23 ਸਾਲ ਦੇ ਰਹਿਣਾ ਹਰਜੀਤ ਸਿੰਘ ਜੀ ਕਲੱਬ ਪ੍ਰਧਾਨ ਕਹਿੰਦੇ ਵੀ ਜਿੰਨੇ ਢੋਲੀ ਵਾਲੇ ਜੱਫੇ ਲਾਉਣਗੇ ਹਰ ਇੱਕ ਜੱਫਾ 500 ਦਾ ਹੋਵੇਗਾ ਗੋਲੂ ਕਲਾਰ ਹੋਰੀ ਪੁੱਜੇ ਹੋਏ ਨੇ 1,00,000 ਦਾ ਯੋਗਦਾਨ ਦੇ ਰਹੇ ਨੇ ਕਾਜੂ ਰਣੀ ਕਹਿੰਦੇ ਲੱਖੇ ਢੰਡੋਲੀ ਦਾ ਜੱਫਾ ਸਰਪੰਚ ਸਾਹਿਬ ਕਹਿੰਦੇ 500 ਦਾ ਹੋਵੇਗਾ ਗਗਨ ਜਨਾਲ ਭਗਵੰਤ ਜਵੰਦਾ ਗੱਗੀ ਜਨਾਲ ਬੋਬੀ ਜਨਾਲ ਔਰ ਗਗਨ ਜੀ ਤੇਜੀ ਢੰਡੋਲੀ ਜਸਵੀਰ ਜਨਾਲ ਹੋਰਾਂ ਦਾ ਧੰਨਵਾਦ ਲਓ ਸਾਹਮਣੇ ਤੂਫਾਨ ਕਬੱਡੀ ਪਾ ਰਿਹਾ ਜਸਵੀਰ ਸਤਵੀਰ ਸਿੰਘ ਜੀ ਜੇਜੀ ਸਾਹਿਬ ਔਰ ਸਾਹਮਣੇ ਤੂਫਾਨ ਦੀ ਰੇਡ ਹੈ ਸੁਖਦੀਪ ਰਾਏ ਸਰੀਆ ਇਸ ਸਮੇਂ ਘੇਰਦਾ ਹੋਇਆ ਨੌਜਵਾਨ ਸੱਜੇ ਖੱਬੇ ਪਰ ਪੁਆਇੰਟ ਜਿਹੜਾ ਕਹਿੰਦੇ ਤੂਫਾਨ ਕਿਹਦੇ ਹਿੱਸੇ ਹੈ ਜੀ ਤੂਫਾਨ ਦਾ ਤੂਫਾਨ ਡੱਕੇ ਨਹੀਂ ਜਾਂਦੇ ਤੂਫਾਨ ਠੱਲੇ ਜਾਂਦੇ ਨੇ ਜੱਜੀ ਸਾਹਿਬ ਜੇ ਕੋਈ ਪਰਬਤ ਸਾਹਮਣੇ ਆ ਜਾਵੇ ਫਿਰ ਤੂਫਾਨ ਥੋੜ੍ਹਾ ਠੱਲੇ ਜਾ ਸਕਦੇ ਹੈ ਪਰ ਤੂਫਾਨ ਰੋਕੇ ਨਹੀਂ ਜਾਂਦੇ ਲਓ ਅਗਲੀ ਰੇਡ ਪਾਉਣ ਦੇ ਵਾਸਤੇ ਸੁੱਖਾ ਜਿਉਣ ਵਾਲਾ ਫਿਰ ਅੱਗੇ ਬਲ ਵੱਧਦਾ ਹੋਇਆ ਰਣੀਕਾ ਵਾਲਾ ਕਾਜੂ ਹੈ ਕਹਿੰਦੇ 3 ਜੱਫੇ ਜੇਜੀ ਸਾਹਿਬ ਕਹਿੰਦੇ 2100 ਦੇ ਹੋਣਗੇ ਪਿਆਰਾ ਸੌਣ ਮਨਵੀ ਮਾਈਕ ਲੈ ਲੈ ਜੀ ਮੇਰੇ ਤੋਂ ਆਪਣਾ ਵੀਰ ਪਿਆਰਾ ਸੌਣ ਮਨਵੀ ਨੇ ਪਵਿੱਤਰ ਗੋਲੂ ਦਾ ਧੰਨਵਾਦ ਹੈ ਗੋਲੂ ਕਲਾਰ ਰੂਸੀ ਕਰੋਈ ਬਲਕਾਰੀ ਹੋਰਾਂ ਦਾ ਭਗਵੰਤ ਸਿੰਘ ਜੀ ਜਵੰਦਾ ਵੱਲੋਂ ਜਿੰਨੇ ਜੱਫੇ ਲੱਗਣਗੇ ਹਰ ਜੱਫੇ ਦਾ 500 ਹੋਵੇਗਾ ਔਰ ਸਾਹਮਣੇ ਭਗਵੰਤ ਜਵੰਦਾ ਜੀ ਗਗਨ ਜਨਾਲ ਹੋਰੀ ਜੱਗੀ ਹੋਰੀ ਸਾਰੇ ਵੀਰਾਂ ਦਾ ਧੰਨਵਾਦ ਬੋਬੀ ਹੋਰਾਂ ਦਾ ਔਰ ਯਾਦਵਿੰਦਰ ਯਾਦੀ ਜੀ ਮਾਨ ਸਨਮਾਨ ਦੇ ਰਹੇ ਨੇ ਗੱਗੀ ਢੰਡੋਲੀ ਨੂੰ ਮੁਬਾਰਕਬਾਦ ਆ ਰੁਪਿੰਦਰ ਢੰਡੋਲੀ ਨੂੰ ਮੁਬਾਰਕਬਾਦ ਭਗਵੰਤ ਜਮੰਦਾ ਜੀ ਗੱਗੀ ਦੇ ਜੀਜਾ ਜੀ ਹਰ ਜੱਫੇ ਦਾ 500 ਦੇਣਗੇ ਜਿੰਨੇ ਜੱਫੇ ਲੱਗਣਗੇ ਲਓ ਸਾਹਮਣੇ ਸੱਤੀ ਦਿੜਬੇ ਵਾਲਾ ਸਤਵੀਰ ਸਿੰਘ ਜੀ ਜੱਜੀ ਸਾਹਿਬ ਉਧਰਲੇ ਪਾਸੇ ਜਥੇਦਾਰ ਇਕਬਾਲ ਸਿੰਘ ਜੀ ਝੁੰਦਾ 2000 ਰੁਪਇਆ 2000 ਰੁਪਇਆ ਪੁੱਜ ਗਿਆ ਜੇਤੂ ਟੀਮ ਲਈ ਦੇਵਾਂਗੇ ਜੱਜੀ ਸਾਹਿਬ ਜਥੇਦਾਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਵੱਲੋਂ ਜਿਹੜੇ ਜ਼ਿਲ੍ਹਾ ਕਿਸੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਤਵੀਰ ਸਿੰਘ ਜੀ ਜੱਜੀ ਸਾਹਿਬ 2000 ਜੇਤੂ ਟੀਮ ਦੇ ਲਈ ਹੋਗਾ ਰਾਜਾ ਰਾਏਸਰੀਆ ਕਿਉਂ ਗੱਭਰੂ ਚੋਟੀ ਦੇ ਰਾਜਾ ਬਾਗ ਤੇ ਤੀਰਥ ਦੀਪਾ ਇਹ ਰਾਏਸਰ ਦਾ ਰਾਜਾ ਹੈ ਸੈਂਟਰ ਵੈਲੀ ਦੀ ਖੇਡ ਕਲੱਬ ਲਈ ਅਮਰੀਕਾ ਖੇਡਦਾ ਹੈ ਔਰ ਸਾਹਮਣੇ ਆਪਾਂ ਵੇਖਦਾ ਵੀ ਨੰਬਰ ਕਾਲੇ ਦਾ ਉਹ ਬਾਈ ਜਿਨ੍ਹਾਂ ਜਿਨ੍ਹਾਂ ਨੂੰ ਮੈਚ ਵਧੀਆ ਲੱਗ ਰਿਹਾ ਇੱਕ ਲਲਕਾਰਾ ਵੱਡਾ ਸਾਰਾ ਮਾਰ ਲੋ ਆਓ ਦੁਨੀਆ ਖੁਸ਼ ਹੈ 2000 ਰੁਪਇਆ ਹਰਜੀਤ ਪ੍ਰਧਾਨ ਜੀ ਵੱਲੋਂ ਰੁਪਿੰਦਰ ਸੂਸ਼ਕ ਵਾਲੇ ਰੀਤੇ ਦੇ ਰੀਤੇ ਦੀ ਰੇਟ ਤੇ 3 ਰੇਡਾਂ ਤੇ 2000 ਜਿਹੜਾ ਜੱਫਾ ਲਾਵੇਗਾ 2000 ਲਓ ਰੀਤਾ ਸ਼ੂਸ਼ਕ ਵਾਲਾ ਕਬੱਡੀ ਪਾ ਰਿਹਾ ਹੈ ਰਣੀਕੇ ਵਾਲੇ ਫੜ ਤਿਆਰੀ ਜੱਫਾ ਲਾ ਆਓ ਬੱਲੇ ਆਓ ਨਜ਼ਾਰਾ ਪਿੰਡ ਢੰਡੋਲੀ ਦੇ ਵਿੱਚ ਵੱਡਾ ਇਕੱਠ ਹੋ ਗਿਆ ਮੇਲਾ ਹਰਜੀਤ ਪ੍ਰਧਾਨ ਵਾਲਾ ਅੱਤ ਹੋ
ਕੁਲਵੰਤ ਜਵੰਦਾ ਜੀ ਵੱਲੋਂ 500 ਜਾਫੀ ਦੇ ਵਾਸਤੇ ਸਤਵੀਰ ਸਿੰਘ ਜੀ ਜੇ ਜੀ ਔਰ 2000 ਔਰ ਗੋਲੂ ਕਲਾਰ ਸਾਰੇ ਵੀਰਾਂ ਵੱਲੋਂ ਵੱਡੇ ਮਾਣ ਸਨਮਾਨ ਦਿੱਤੇ ਜਾ ਰਹੇ ਨੇ ਔਰ ਯਾਦਵਿੰਦਰ ਜਾਦੀ ਵੱਲੋਂ ਹਰਜੀਤ ਪ੍ਰਧਾਨ ਵੱਲੋਂ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਵੱਲੋਂ 2000 ਜਿਹੜਾ ਮੇਰੇ ਹੱਥ ਦੇ ਵਿੱਚ ਹੈ ਜੇਤੂ ਟੀਮ ਨੂੰ ਦਿੱਤਾ ਜਾਵੇਗਾ 2000 ਰੁਪਏ ਜਿਹੜਾ ਇਕਬਾਲ ਸਿੰਘ ਜੀ ਝੁੰਦਾ ਵੱਲੋਂ ਰਵਿੰਦਰ ਢੰਡੋਲੀ ਗੱਗੀ ਢੰਡੋਲੀ ਜਾਦੂ ਢੰਡੋਲੀ ਤੇ ਭਗਵੰਤ ਜਵੰਦਾ ਜੀ ਵੱਲੋਂ ਵੀ ਵੱਡੇ ਮਾਣ ਸਨਮਾਨ ਹਰਜੀਤ ਪ੍ਰਧਾਨ ਵੱਲੋਂ ਲਓ ਹੱਕ ਮਾਰਿਆ ਦੇਖੋ 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 ਤੂਫਾਨ ਓ ਨਿਆਰਾ ਆਇਆ ਕੇ ਨਹੀਂ ਆਓ ਸੁਨਿਆ ਖੁਸ਼ ਹੈ ਕਲਵਿੰਦਰ ਵੱਲੋਂ 1100 ਦਿੱਤਾ ਜਾਵੇਗਾ 2000 ਕੇ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਢੰਡੋਲੀ ਦੇ ਵਿੱਚ ਕਹਿੰਦੇ ਅੱਜ ਹਰਜੀਤ ਸਿੰਘ ਕਹਿੰਦੇ ਪ੍ਰਧਾਨ ਸਾਹਿਬ ਉਹਨਾਂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਮੇਰੇ ਵੀਰੋ ਤੂਫਾਨ ਦੀਆਂ 3 ਰੇਡਾਂ ਦੇ ਇਸੀ 2000 ਹੋਵੇਗਾ ਪ੍ਰਧਾਨ ਹਰਜੀਤ ਸਿੰਘ ਜੀ ਵੱਲੋਂ ਤੂਫਾਨ ਦੀਆਂ 3 ਰੇਡਾਂ ਦੇ ਲਓ 3 ਰੇਡਾਂ ਤੇ ਕਹਿੰਦੇ 2000 ਨਿਊਜ਼ੀਲੈਂਡ ਜੱਗੀ ਨਿਊਜ਼ੀਲੈਂਡ ਮਾਲਵਾ ਕਲੱਬ ਵਾਲੇ ਆਏ ਹੋਏ ਨੇ ਟੀਮ ਫਾਈਨਲ ਦੇ ਵਿੱਚ ਪੁੱਜੀ ਹੋਈ ਹੈ ਉਹ ਬਾਈ ਤੇ ਸਵਾਲ ਹੈ ਜੇ ਮੈਚਾਂ ਦਾ 1 ਮਿੰਟ ਜੀ ਹਾਂਜੀ ਟੀਮ ਕਿਹੜੀ ਜਿੱਤਿਆ ਡੈਣੀ ਜੀ ਢੰਡੋਲੀ ਦੀ ਟੀਮ ਨੂੰ ਜਥੇਦਾਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਵੱਲੋਂ 2000 ਸਤਵੀਰ ਸਿੰਘ ਜੀ ਜੇ ਜੀ ਮੁੱਖ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੇ ਜੀ ਸਾਹਿਬ ਦੇ ਦਿੱਤਾ ਹੈ ਢੰਡੋਲੀ ਦੀ ਟੀਮ ਨੂੰ ਝੁੰਦਾ ਸਾਹਿਬ ਵੱਲੋਂ 2000 ਜਸਵਿੰਦਰ ਜੱਦੀ ਜੀ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇ ਵੀ ਪੁੱਜੇ ਨੇ ਗੁਰਵੀਰ ਜੀ ਪੁੱਜੇ ਨੇ ਗੋਲੂ ਕਲਾਰ ਜੇਤੂ ਟੀਮ ਰਵਿੰਦਰ ਢੰਡੋਲੀ ਦਾ ਬਹੁਤ ਬਹੁਤ ਧੰਨਵਾਦ ਜਗਪਾਲ ਮਿਡ ਢੀਂਡਸਾ ਗਾਰਮੈਂਟਸ ਵਾਲੇ ਹਰਪਾਲ ਸਿੰਘ ਜੀ ਖੜਿਆਲ ਹੋਰਾਂ ਦਾ ਧੰਨਵਾਦ